अच्छा वीरो सारिया नूं प्यार भरी सत श्री अकाल। अज मेरे नाल मेरा वीर सन्नी। सारिया नूं प्यार भरी सत श्री अकाल। ते वीरो ये अज ना एक डेढ़ साल बाद असी मिले हां, ते मतलब कि इहदा ना बहुत एक तुसीं कह सकदे योगदान आ मेरा जिहड़ा मैं सोशल मीडिया ते आया। ओ सन्नी किद्दां असी हासी मजाक च वीडियो पाई सी ना डेढ़ दो साल पहला, ते उहदे ते ना 4-5 लाख व्यू आया सी। इह सन्नी दी मैं जिहड़ी सीगी मतलब कि टिकटॉक उहदे ते वीडियो पाई सी, इहने मैनूं कहा सीगा। अज देख ला सन्नी किन्ना लोकी प्यार दिंदे, 50,000 फॉलोअर जिहड़ा हो जाणा आ। ते वीरो इह बंदे दा बहुत वड्डा योगदान आ जिहड़ा मैं सोशल मीडिया ते आया। मेरा कोई परिवार वाला कोई होर यार दोस्त किसी ने मैनूं सपोर्ट नहीं कीता। ਇਹ ਕੰਮ ਕਰਦੇ ਸੀ 8-10 ਸਾਲ ਅਸੀਂ ਮਤਲਬ ਕਿ ਦੋਨੋਂ ਮਜ਼ਦੂਰ ਹੀ ਹਾਂ, ਦਿਹਾੜੀਆਂ ਕਰਦੇ ਸੀਗੇ। ਅਤੇ ਇਹਨੇ ਮੇਰਾ ਜਿਹੜਾ ਨਾ ਇਹਨੇ ਮੈਨੂੰ ਕਿਹਾ ਕਿ ਭਾਅ ਜੀ ਤੁਸੀਂ ਵੀਡੀਓ ਪਾਓ। ਇਹਨੇ ਮੇਰੀ ਹਰੇਕ ਵੀਡੀਓ ਦੇਖੀ ਯੂਟਿਊਬ 'ਤੇ ਮੇਰੀਆਂ, ਮਤਲਬ ਕਿ ਵੀਡੀਓ ਲਾਈਕ ਕਰਦਾ ਸੀਗਾ, ਸ਼ੇਅਰ ਕਰਦਾ ਸੀਗਾ। ਇਹਦੇ ਫੋਨ 'ਤੇ ਮੈਂ ਲੋਕਾਂ ਨੂੰ ਭੇਜੀ ਜਾਣੀ ਆ, ਤਾਂ ਇਹਨੇ ਮੈਨੂੰ ਕਦੀ ਨਹੀਂ ਰੋਕਿਆ। ਅਤੇ ਅੱਜ ਇਹ ਮੈਨੂੰ ਨਾ ਮਿਲਿਆ, ਬਹੁਤ ਚਿਰਾਂ ਬਾਅਦ ਅਸੀਂ ਇੱਕੋ ਹੀ ਥਾਂ 'ਤੇ ਕੰਮ ਕਰਨ ਆਏ ਸੀਗੇ। ਅਤੇ ਇੱਦਾਂ ਜਿਹੜੇ ਬੰਦੇ ਹੁੰਦੇ ਨਾ, ਹੁਣ ਅਸੀਂ ਲੜੀ ਦਾ ਵੀ ਆ, ਇੱਕ ਦੂਜੇ ਨੂੰ ਬੋਲੀ ਦਾ ਵੀ ਆ, ਮਤਲਬ ਕਿ ਹਰ ਚੀਜ਼ ਕਰੀ ਦੀ ਆ। ਲੇਕਿਨ ਚਾਹੇ ਅਸੀਂ 1 ਸਾਲ ਬਾਅਦ ਵੀ ਮਿਲੀਏ, ਅੱਜ 1 ਸਾਲ ਬਾਅਦ ਮਿਲੇ, ਪਰ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਕਿ ਦੋਨਾਂ ਨੂੰ 1 ਸਾਲ ਹੋ ਗਿਆ। ਪਿਆਰ ਉੱਦਾਂ ਹੀ ਆ। ਅਤੇ ਸਨੀ ਯਾਰ ਮੈਂ ਮਤਲਬ ਕਿ ਸਾਰਿਆਂ ਨੂੰ ਦਿਖਾਉਣਾ ਵੀ ਚਾਹੁੰਦੇ, ਕਿਉਂਕਿ ਜਿਹੜਾ ਬੰਦਾ ਪਿੱਛੇ ਹੋਵੇ ਉਹਨੂੰ ਮੂਹਰੇ ਜ਼ਰੂਰ ਲੈ ਕੇ ਆਓ। ਮੈਂ ਚਾਹੇ ਬੋਲਣ ਦੀ ਜਿਹੜੀ ਉਹ ਤੁਸੀਂ ਕਹਿ ਸਕਦੇ ਆ ਕਿ ਇੱਕ ਪਾਵਰ ਕਹਿ ਲਓ ਰੱਖਦਾ ਸੀਗਾ, ਲੇਕਿਨ ਮੈਨੂੰ ਅੱਗੇ ਜਿਹੜਾ ਲੈ ਕੇ ਆਉਣ ਵਾਲਾ ਇਹ ਬੰਦਾ ਆ। ਇਹਨੇ ਮਤਲਬ ਕਿ ਮੇਰੀ ਇੰਨੀ ਪਬਲਿਸਿਟੀ ਕੀਤੀ, ਮਤਲਬ ਕਿ ਇਹ ਮੇਰੀਆਂ ਵੀਡੀਓ ਜਿਹੜੀਆਂ ਇਹੀ ਬਣਾਉਂਦਾ ਹੁੰਦਾ ਸੀ। ਫਿਰ ਅਸੀਂ ਹਾਸੇ ਮਜ਼ਾਕ 'ਚ ਜਦੋਂ ਮੈਂ ਇਹਨੂੰ ਕਹਿਣਾ ਆਪਾਂ ਬਣਾਈਏ, ਆ ਇਹਨੇ ਮਤਲਬ ਕਿ ਕਹਿਣਾ ਭਾਅ ਜੀ ਮੈਨੂੰ ਨਾ ਵੀ ਲਓ, ਫਿਰ ਵੀ ਇਹਨੇ ਮੇਰੇ ਕਰਕੇ ਵਿੱਚ ਆ ਜਾਣਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਦਾਂ ਜਦੋਂ ਕੋਈ ਬੰਦਾ ਤੁਹਾਨੂੰ ਸਪੋਰਟ ਕਰਦਾ, ਉਹਨੂੰ ਨਾਲ ਮਤਲਬ ਕਿ ਜਦੋਂ ਉਹ ਮਿਲੇ ਉਹਦਾ ਧੰਨਵਾਦ ਜ਼ਰੂਰ ਕਰਿਆ ਕਰੋ, ਕਿਉਂਕਿ ਪਤਾ ਨਹੀਂ ਹੁੰਦਾ ਕਿਹੜਾ ਬੰਦਾ ਤੁਹਾਡੇ ਲਈ ਜਿਹੜਾ ਉਹ ਵਧੀਆ ਬਣ ਗਿਆ। ਸਨੀ ਤੂੰ ਵੀ ਕਹਿਣਾ ਚਾਹੂੰਗਾ ਜਿਹੜੇ ਹੁਣ ਲੋਕੀ ਇੰਨਾ ਪਿਆਰ ਦਿੰਦੇ ਆ ਸਾਰਿਆਂ ਨੂੰ ਵਧੀਆ। ਚਲੋ ਵਧੀਆ ਭਾਈ ਦੀ ਵੀਡੀਓ ਦੇਖਿਆ ਕਰੋ, ਵਧੀਆ ਬਣਾਉਂਦੇ ਭਾਈ ਵੀਡੀਓ। ਅਤੇ ਹੁਣ ਇਹੀ ਆ ਵੀ ਇਹ ਇਹਦੀ ਵੀ ਤੂੰ ਕੋਈ ਬਣਾਈ ਹੋਈ ਟਿਕਟੋਕ ਦੀ ਆਈਡੀ ਕਿ ਨਹੀਂ ਬਣਾਈ ਹੋਈ? ਨਹੀਂ ਹੋਣ ਦੀ ਬਣਾਈ ਹੁਣ ਕੋਈ ਨਾ ਦੇਖ ਲਓ, ਤੁਹਾਡੇ ਸਾਹਮਣੇ ਇਹ ਦੱਸਿਆ ਹੋਇਆ। ਸੋ ਇੱਦਾਂ ਮਤਲਬ ਕਿ ਪਤਾ ਨਹੀਂ ਹੁੰਦਾ ਨਾ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ, ਇਕੱਠੇ ਕੰਮ ਹੀ ਕੀਤਾ ਹੋਇਆ, ਅਤੇ ਕਿੱਦਾਂ ਇਹ ਮੇਰੇ ਵੇਲੇ ਜਿੱਦਾਂ ਤੁਸੀਂ ਕਹਿ ਲਓ ਰੱਬ ਹੀ ਬਣ ਕੇ ਆਇਆ। ਸੋ ਬਾਕੀ ਭੁੱਲਿਆ ਨਾ ਕਰੋ, ਜਿਹੜਾ ਬੰਦਾ ਤੁਹਾਡੇ ਨਾਲ ਹੋਵੇ ਉਹਨੂੰ ਨਾਲ ਹੀ ਰੱਖਿਆ ਕਰੋ। ਬਾਕੀ ਖੁਸ਼ ਰਹੋ ਅਤੇ ਜ਼ਿੰਦਾਬਾਦ ਰਹੋ।